ਸਤਿ ਸ਼੍ਰੀ ਅਕਾਲ ਦੋਸਤੋ ਮੈਂ ਚਰਨਜੀਤ ਸਿੰਘ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਅੱਜ ਇਸ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਹੌਪਰ ਵਾਲੀ ਜਿਹੜੀ ਆਪਾਂ ਸਪਰੇਅ ਕਰਨੀ ਹੈ ਇਹਦੇ ਵਿੱਚ ਕੁਝ ਕੁ ਉਲਝਣਾਂ ਹੁੰਦੀਆਂ ਨੇ ਕਦੋਂ ਕਰੀਏ ਸਪਰੇਅ ਹੌਪਰ ਆਉਣ ਤੋਂ ਪਹਿਲਾਂ ਕਰਦੀਏ ਆਪਾਂ ਕੋਈ ਫੰਗੀਸਾਈਡ ਕਰਨਾ ਹੈ ਚੋਨਾ ਨਿਸਰਨ ਤੋਂ ਪਹਿਲਾਂ ਕਰਦੀਏ ਜਾਂ ਹੌਪਰ ਆਉਣ ਤੇ ਕਰੀਏ ਕਿਹੜੀ ਸਪਰੇਅ ਕਦੋਂ ਕੰਮ ਕਰਦੀ ਹੈ ਕੁਝ ਕੁ ਸਪਰੇਅ ਨੂੰ ਲੈ ਕੇ ਆਪਣੇ ਮਨ ਦੇ ਵਿੱਚ ਜਿਹੜਾ ਸ਼ੱਕ ਹੁੰਦੇ ਨੇ ਕਿ ਇਹ ਸਪਰੇਅ ਹੌਪਰ ਆਉਣ ਤੋਂ ਬਾਅਦ ਕੰਮ ਕਰੇਗੀ ਜਾਂ ਪਹਿਲਾਂ ਕਰੀਏ ਇਹਨੂੰ ਇਸ ਚੀਜ਼ ਨੂੰ ਲੈ ਕੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਜਿਹੜੇ ਨਵੇਂ ਕਿਸਾਨ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਨੇ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਲੱਗਾ ਬੈੱਲ ਦਾ ਬਟਨ ਵੀ ਦਬਾ ਲਓ ਤਾਂ ਕਿ ਹੋਰ ਵੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਹਾਪਰ ਦਾ ਅਟੈਕ ਹੁਣ ਇਹਨਾਂ ਦਿਨਾਂ ਦੇ ਵਿੱਚ ਦੇਖਣਾ ਸਟਾਰਟ ਹੋ ਜਾਂਦਾ ਹੈ ਇਸ ਮੇਰੀ ਗੱਲ ਨੂੰ ਜ਼ਿਆਦਾ ਤੁਸੀਂ ਸੀਰੀਅਸ ਨਾਲ ਲਿਓ ਜੇ ਕੁਝ ਕਿ ਜ਼ਮੀਨਾਂ ਦੇ ਵਿੱਚ ਹੀ ਆਪਾਂ ਨੂੰ ਇਹੜਾ ਹਾਪਰ ਜ਼ਿਆਦਾਤਰ ਇਹ ਦੇਖਣਾ ਸਟਾਰਟ ਹੁੰਦਾ ਹੈ ਬਹੁਤ ਸਾਰੀਆਂ ਜ਼ਮੀਨਾਂ ਨੇ ਜਿੱਥੇ ਹੁਣ ਆਪਾਂ ਪਾਣੀ ਸਕਾਏ ਨੇ 11 21 ਜਿਹੜੀਆਂ ਜਿਵੇਂ ਸਾਡੀਆਂ 11 21 ਲੱਗੀਆਂ ਨੇ ਉਹਦੇ ਵਿੱਚ ਪਾਣੀ ਬਿਲਕੁਲ ਸਿਕਾਏ ਨਹੀਂ ਹੁਣ ਕਿਉਂਕਿ ਨਸਾਰਾ ਹਾਲੇ ਉਹਨਾਂ ਦਾ ਜਾ ਕੇ ਲੇਟ ਹੋਣਾ ਹੈ ਉਹਦੇ ਵਿੱਚ ਹਾਲੇ ਹੌਪਰ ਆਉਣ ਦੇ ਕੋਈ ਚਾਂਸ ਨਹੀਂ ਹੈਗੇ ਉੱਥੇ ਹੀ ਤਾਂ ਪਾਣੀ ਨਹੀਂ ਹੈਗਾ ਕੋਈ ਚਾਂਸ ਨਹੀਂ ਹੈਗੇ ਕਿ ਉਹਦੇ ਵਿੱਚ ਹੌਪਰ ਆਵੇਗਾ ਪਰ ਫਿਰ ਵੀ ਆਪਾਂ ਚੈੱਕ ਕਰਦੇ ਰਹਿਣਾ ਕਿਉਂਕਿ ਇਸ ਚੀਜ਼ ਦਾ ਕੋਈ ਜ਼ਿਆਦਾ ਪਤਾ ਨਹੀਂ ਹੁੰਦਾ ਚੈਸ ਦਵਾਈ ਨੂੰ ਲਾ ਕੇ ਕਾਫੀ ਜ਼ਿਆਦਾ ਆਪਣੇ ਮਨ ਦੇ ਵਿੱਚ ਸ਼ੱਕ ਇੱਕ ਹੁੰਦਾ ਹੈ ਕਿਸਾਨਾਂ ਦੇ ਵਿੱਚ ਕਿ ਇਹਨੂੰ ਹੌਪਰ ਆਉਣ ਤੋਂ ਪਹਿਲਾਂ ਕਰਦੀਏ ਜੇ ਬਾਅਦ ਚੋਂ ਕਰਦੇ ਆ ਤੇ ਇਹਦੇ ਆਪਾਂ ਨੂੰ ਰਿਜ਼ਲਟ ਨਹੀਂ ਮਿਲਦੇ ਇਹ ਜਿੰਨੀਆਂ ਵੀ ਦਵਾਈਆਂ ਹੁੰਦੀਆਂ ਨੇ ਚੈਸ ਹੋ ਗਈ ਹੈ, ਆਉਸ਼ੀਨ ਹੋ ਗਈ ਹੋਰ ਜਿੰਨੀਆਂ ਵੀ ਨੇ ਇਹ ਸਿਸਟੈਮਿਕ ਤਰੀਕੇ ਦੇ ਨਾਲ ਕੰਮ ਕਰਦੀਆਂ ਨੇ। ਇਹਨਾਂ ਦੀ ਜਦੋਂ ਇੱਕ ਵਾਰੀ ਆਪਾਂ ਸਪਰੇਅ ਕਰ ਦਿੰਨੇ ਆ ਆਪਣੇ ਪੂਰੇ ਬੂਟੇ ਦੇ ਵਿੱਚ, ਪੂਰੇ ਪੌਦੇ ਦੇ ਵਿੱਚ ਫੈਲ ਜਾਂਦੀਆਂ ਨੇ। ਫੈਲਣ ਤੋਂ ਬਾਅਦ ਦੇ ਵਿੱਚ ਜਦੋਂ ਹੌਪਰ ਉਹਦੇ ਵਿੱਚੋਂ ਰਸ ਚੂਸਦਾ ਹੈ, ਉਹ ਰਸ ਚੂਸਣ ਦੇ ਕਾਰਨ ਉਹ ਹੌਪਰ ਜਿਹੜਾ ਹੈ ਮਰਦਾ ਹੈ। ਇਹ ਜਿਹੜੀਆਂ ਸਪਰੇਅਾਂ ਹੁੰਦੀਆਂ ਨੇ ਹੌਪਰ ਦੇ ਉੱਪਰ ਕੰਮ ਨਹੀਂ ਕਰਦੀਆਂ, ਇਹਨਾਂ ਨੇ ਬੂਟੇ ਦੇ ਵਿੱਚ ਰਚ ਜਾਣਾ ਹੈ। ਬੂਟੇ ਦੇ ਵਿੱਚੋਂ ਜਦੋਂ ਉਸ ਹੌਪਰ ਨੇ ਰਸ ਚੂਸਣਾ ਇਹਦਾ ਉਹ ਰਸ ਨੇ ਰਸ ਦੇ ਨਾਲ ਆਪਣੇ ਹੌਪਰ ਜਿਹੜਾ ਇਹ ਨੇ ਮਰ ਜਾਣਾ ਸਪਰੇਅ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਜਾ ਕੇ ਵੇਖਦੇ ਆ ਇੱਕ ਦੋ ਘੰਟੇ ਬਾਅਦ ਜਾਂ ਇੱਕ ਦਿਨ ਬਾਅਦ ਕਿ ਹੌਪਰ ਹਾਲੇ ਵੀ ਤੁਰਿਆ ਫਿਰਦਾ ਹੈ ਖਤਮ ਨਹੀਂ ਹੋਇਆ ਹੌਪਰ ਜਦੋਂ ਆਪਣੇ ਬੂਟੇ ਦੇ ਉੱਪਰ ਆਪਾਂ ਇਹਨਾਂ ਸਪਰੇਆਂ ਦੀ ਵਰਤੋਂ ਕਰ ਦਿੰਨੇ ਆ ਹੌਪਰ ਰਸ ਚੂਸਣਾ ਛੱਡ ਦਿੰਦਾ ਹੈ ਉਹ ਮਰਦਾ ਕਿਵੇਂ ਹੈ ਭੁੱਖਾ ਰਹਿ ਕੇ ਮਰਦਾ ਹੈ ਤਿੰਨ ਚਾਰ ਦਿਨ ਤੱਕ ਉਹ ਭੁੱਖਾ ਰਹਿੰਦਾ ਹੈ ਉਸ ਤੋਂ ਬਾਅਦ ਦੇ ਵਿੱਚ ਭੁੱਖਾ ਰਹਿਣ ਦੇ ਕਾਰਨ ਉਹ ਹੌਪਰ ਜਿਹੜਾ ਮਰ ਜਾਂਦਾ ਹੈ ਜਾਂ ਜਿਹੜਾ ਰਾਸ ਚੂਸ ਲੈਂਦਾ ਹੈ ਉਹ ਮਰ ਜਾਂਦਾ ਹੈ ਜ਼ਿਆਦਾਤਰ ਭੁੱਖਾ ਰਹਿਣ ਦੇ ਕਾਰਨ ਮਰ ਜਾਂਦਾ ਹੈ ਉਹਨੇ ਹੌਲੀ ਹੌਲੀ ਮਰਨਾ ਹੁੰਦਾ ਹੈ ਇੱਕੇ ਦਮ ਇਹਨਾਂ ਸਪ੍ਰੇਆਂ ਦੀ ਵਰਤੋਂ ਕਰਨ ਦੇ ਨਾਲ ਹੋਪਰ ਨੇ ਨਹੀਂ ਮਰਨਾ ਹੁੰਦਾ ਇਸ ਕਰਕੇ ਜਦੋਂ ਹੋਪਰ ਦਾ ਅਟੈਕ ਆਪਾਂ ਨੂੰ ਦਿਖਾਈ ਦਿੰਦਾ ਹੈ ਉਸੇ ਟਾਈਮ ਹੀ ਆਪਾਂ ਨੂੰ ਸਪਰੇ ਜਿਹੜੀ ਇਹ ਹੋਪਰ ਵਾਲੀ ਕਰਨੀ ਚਾਹੀਦੀ ਹੈ ਉਸ ਤੋਂ ਪਹਿਲਾਂ ਸਪਰੇ ਨਹੀਂ ਕਰਨੀ ਚਾਹੀਦੀ ਜਿਹੜੇ ਚੋਨੇ ਲਾਲ ਹੋ ਗਏ ਨੇ ਜਿਨ੍ਹਾਂ ਦੇ ਜਾਂ ਸ਼ਾਖਾ ਜਿਹੜੀਆਂ ਨੇ ਤਣੇ ਜਿਨ੍ਹਾਂ ਦੇ ਲਾਲ ਹੋ ਗਏ ਨੇ ਸੀਥ ਉਹ ਸੀਥ ਜਿਨ੍ਹਾਂ ਦੇ ਲਾਲ ਹੋ ਗਏ ਨੇ ਉੱਥੇ ਹੁਣ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹੈ ਤੁਹਾਡੀ ਸਪਰੇਅ ਨੇ ਕੰਮ ਨਹੀਂ ਕਰਨਾ ਤੇ ਉੱਥੇ ਹੋਪਰ ਨੇ ਵੀ ਕੁਝ ਨਹੀਂ ਕਰ ਸਕਣਾ ਉਹਨੇ ਰਸ ਜਿਹੜਾ ਮੁੱਡਾਂ ਦੇ ਵਿੱਚੋਂ ਚੂਸ ਲੈਂਦਾ ਜਿਹੜੀਆਂ 1509 ਪੱਕ ਗਈਆਂ ਨੇ ਉਹਨਾਂ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੈ ਹੋਪਰ ਦਾ ਜਦੋਂ ਬੂਟਾ ਜ਼ਿਆਦਾ ਬੁੱਢਾ ਹੋ ਜਾਂਦਾ ਹੈ ਜ਼ਿਆਦਾ ਪੁਰਾਣਾ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਦਵਾਈ ਛੇਤੀ ਕੀਤੇ ਰਾਜਦੀ ਨਹੀਂ ਹੈ ਜਿਹਦੇ ਕਾਰਨ ਪੂਰੇ ਬੂਟੇ ਦੇ ਵਿੱਚ ਦਵਾਈ ਨਹੀਂ ਫੈਲਦੀ ਤੇ ਹੋਪਰ ਦੇ ਉੱਪਰ ਕੰਟਰੋਲ ਜਿਹੜਾ ਪੂਰੇ ਤਰੀਕੇ ਨਾਲ ਨਹੀਂ ਹੁੰਦਾ ਪਰ ਉੱਥੇ ਜਾ ਕੇ ਜਦੋਂ ਬੂਟਾ ਜਿਆਦਾ ਬੁੱਢਾ ਹੋ ਜਾਂਦਾ ਹੈ ਉੱਥੇ ਸਪਰੇਅ ਕਰਨ ਦੀ ਵੀ ਆਪਾਂ ਨੂੰ ਕੋਈ ਲੋੜ ਨਹੀਂ ਹੁੰਦੀ ਕਿਉਂਕਿ ਉੱਥੇ ਜਾ ਕੇ ਆਪਣਾ ਚੋਨਾ ਪੱਕ ਹੀ ਗਿਆ ਹੁੰਦਾ ਹੈ ਇਸ ਕਰਕੇ ਹੌਪਰ ਦੇ ਆਉਣ ਤੋਂ ਪਹਿਲਾਂ ਆਪਾਂ ਨੂੰ ਜਿਆਦਾ ਸਪਰੇਅ ਕਰਨ ਦੀ ਲੋੜ ਨਹੀਂ ਹੈ ਜੇ ਆਪਾਂ ਨੂੰ ਹਮਲਾ ਦਿਖਾਈ ਦਿੰਦਾ ਹੈ ਤਾਂ ਆਪਾਂ ਬਹੁਤ ਵੱਡੇ ਵੱਡੇ ਟੈਕਨੀਕਲ ਜਿਹੜੇ ਹੈਗੇ ਨੇ ਬਹੁਤ ਚੰਗੀਆਂ ਦਵਾਈਆਂ ਹੈਗੀਆਂ ਨੇ ਉਹਨਾਂ ਦੀ ਵਰਤੋਂ ਕਰ ਸਕਦੇ ਹਾਂ ਹੌਪਰ 100% ਖਤਮ ਹੋ ਜਾਵੇਗਾ ਖਤਮ ਕਿੱਥੇ ਨਹੀਂ ਹੁੰਦਾ ਹੌਪਰ ਜਿੱਥੇ ਆਪਾਂ ਸਪਰੇਅ ਕਰਨ ਲੱਗਿਆਂ ਕੋਈ ਗਲਤੀ ਕਰ ਲੈਨੇ ਆ ਪਾਣੀ ਪੂਰੇ ਤਰੀਕੇ ਦੇ ਨਾਲ ਨਹੀਂ ਲਾਉਂਦੇ ਜਾਂ ਫਿਰ ਜਿੱਥੇ ਆਪਾਂ ਪਹਿਲਾਂ ਸਿੰਥੈਟਿਕ ਜ਼ਹਿਰਾਂ ਦੀ ਜ਼ਿਆਦਾ ਵਰਤੋਂ ਕੀਤੀ ਏ ਜਦੋਂ ਹੌਪਰ ਬਹੁਤ ਜ਼ਿਆਦਾ ਹੱਦ ਤੱਕ ਵੱਧ ਜਾਂਦਾ ਹੈ ਉਹਦੇ ਤੋਂ ਬਾਅਦ ਦੇ ਵਿੱਚ ਉਹਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ ਜੋ ਕੰਟਰੋਲ ਹੋ ਵੀ ਜਾਂਦਾ ਹੈ ਜ਼ਿਆਦਾ ਹੌਪਰ ਹੈ ਦਿਨ ਚਾਰ ਦਿਨ ਤੱਕ ਉਹਨੇ ਮਰਨਾ ਹੁੰਦਾ ਹੈ ਤਾਂ ਉਹਨੇ ਚਿਰ ਤੱਕ ਆਪਣਾ ਕਾਫੀ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਇਸ ਕਰਕੇ ਹੌਪਰ ਨੂੰ ਆਪਾਂ ਸ਼ੁਰੂਆਤੀ ਟਾਈਮ ਦੇ ਵਿੱਚ ਫੜਨਾ ਹੁੰਦਾ ਹੈ ਹੌਪਰ ਹੋ ਗਈ ਫੰਗਸ ਹੋ ਗਈ ਇਹਨੂੰ ਸ਼ੁਰੂਆਤੀ ਟਾਈਮ ਦੇ ਵਿੱਚ ਫੜ ਲਈਏ ਤਾਂ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਦੇਖਣ ਨੂੰ ਮਿਲ ਜਦੋਂ ਇਹ ਚੀਜ਼ਾਂ ਜਿਆਦਾੀਆਂ ਵੱਧ ਜਾਂਦੀਆਂ ਨੇ ਫਿਰ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਨੇ ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਹੌਪਰ ਆਉਣ ਤੋਂ ਪਹਿਲਾਂ ਆਪਾਂ ਸਪਰੇਆ ਕਰਨੀਆਂ ਨੇ ਬਹੁਤ ਜਿਆਦਾੀਆਂ ਮਹਿੰਗੀਆਂ ਸਪਰੇਆ ਆਉਂਦੀਆਂ ਨੇ ਆਪਾਂ ਫालतू ਪੈਸਾ ਜਿਹੜਾ ਨਾ ਖਰਚੀਏ ਟੈਂਪਰੇਚਰ ਦੇ ਹਿਸਾਬ ਨਾਲ ਹੌਪਰ ਨੇ ਆਉਣਾ ਹੈ ਜੇ ਇਹਦੇ ਅਨੁਕੂਲ ਟੈਂਪਰੇਚਰ ਨਹੀਂ ਹੈ ਤਾਂ ਆਪਣੇ ਝੋਨੇ ਦੇ ਵਿੱਚ ਹੌਪਰ ਦਾ ਅਟੈਕ ਨਹੀਂ ਹੋਣਾ ਜਿਨ੍ਹਾਂ ਦੇ ਝੋਨੇ ਪੱਕਣ ਵਾਲੀ ਸਟੇਜ ਵੱਲ ਨੂੰ ਵੱਧ ਰਹੇ ਨੇ ਲਾਲ ਹੋ ਗਏ ਨੇ ਉਹਨਾਂ ਨੂੰ ਸਪਰੇਅ ਕਰਨ ਦਾ ਨਾਂ ਤੇ ਕੋਈ ਫਾਇਦਾ ਇਹਦੇ ਨਾਂ ਹੀ ਉਹਨਾਂ ਨੂੰ ਹੌਪਰ ਤੋਂ ਕੋਈ ਨੁਕਸਾਨ ਹੈ ਜਿਹੜੇ ਚੋਨੇ ਹੁਣ ਲਾਲ ਹੋ ਗਏ ਨੇ ਉੱਥੇ ਜੇ ਤੁਸੀਂ ਸਪਰੇਅ ਕਰ ਵੀ ਦਿੰਦੇ ਹੋ ਉਹਨੇ ਕੰਮ ਹੀ ਨਹੀਂ ਕਰਨਾ ਜਿਹੜੀ ਮਰਜ਼ੀ ਤੁਸੀਂ ਸਪਰੇਅ ਕਰ ਲਿਓ ਬੂਟੇ ਦੇ ਵਿੱਚ ਸਪਰੇਅ ਨੇ ਰੱਜਣਾ ਹੀ ਨਹੀਂ ਹੈ ਜੇ ਬੂਟੇ ਲਾਲ ਹੋ ਗਏ ਨੇ ਪੁਰਾਣੇ ਹੋ ਗਏ ਨੇ ਸੁੱਕਣੇ ਸਟਾਰਟ ਹੋ ਗਏ ਨੇ ਤਾਂ ਉੱਥੇ ਸਪਰੇਅ ਕਰਨ ਦਾ ਕੋਈ ਬੈਨੀਫਿਟ ਨਹੀਂ ਹੈ ਜਿੰਨੀਆ ਮਰਜ਼ੀ ਤੁਸੀਂ ਜਿਹੜਾ ਮਰਜ਼ੀ ਟੈਕਨੀਕਲ ਕਰ ਲਓ ਉੱਥੇ ਹੌਪਰ ਦੇ ਉੱਪਰ ਕੰਮ ਨਹੀਂ ਕਰਨਾ ਤੇ ਉੱਥੇ ਆਪਾਂ ਨੂੰ ਕੋਈ ਨੁਕਸਾਨ ਵੀ ਨਹੀਂ ਹੈ ਚੋਨਾ ਪੱਕ ਗਿਆ ਹੈ ਹੁਣ ਹੌਪਰ ਜਿਆਦਾ ਆਪਣਾ ਨੁਕਸਾਨ ਜਿਹੜਾ ਨਹੀਂ ਕਰ ਸਕਦਾ ਜਦੋਂ ਆਪਾਂ ਸਪਰੇਅ ਕਰਨ ਤੋਂ ਬਾਅਦ ਦੇ ਵਿੱਚ ਸਵੇਰੇ ਆਪਾਂ ਸਪਰੇਅ ਕਰਦੇ ਆਂ ਸ਼ਾਮਾਂ ਨੂੰ ਆਪਾਂ ਜਾ ਕੇ ਵੇਖਣ ਦਾ ਹੁੰਦਾ ਹੈ ਕਿ ਹੋਪਰ ਹਾਲੇ ਮਰਿਆ ਨਹੀਂ ਹੈ ਸਪਰੇਅ ਮਾੜੀ ਹੈ ਸਪਰੇਅ ਮਾੜੀ ਨਹੀਂ ਹੈ ਹੋਪਰ ਨੇ ਹੌਲੀ-ਹੌਲੀ ਮਰਨਾ ਹੈ ਇੱਕ ਹੀ ਦਮ ਉਸ ਹੋਪਰ ਨੇ ਉਸ ਤੇਲੇ ਨੇ ਨਹੀਂ ਮਰਨਾ ਇਸ ਕਰਕੇ ਹੋਪਰ ਦੇ ਹਮਲੇ ਤੋਂ ਪਹਿਲਾਂ ਆਪਾਂ ਨੂੰ ਬਹੁਤ ਹੀ ਜ਼ਿਆਦੀਆਂ ਕੋਈ ਮਹਿੰਗੀਆਂ ਸਪਰੇਅਾਂ ਕਰਨ ਦੀ ਲੋੜ ਨਹੀਂ ਹੈ ਜੇ ਆਪਾਂ ਸਪਰੇਅ ਕਰਦੇ ਆਂ ਹੋਪਰ ਦਾ ਅਟੈਕ ਜਿਹੜਾ ਹੋ ਗਿਆ ਹੈ ਤਾਂ ਉੱਥੇ ਆਪਾਂ 2-3 ਦਿਨ ਹੌਂਸਲਾ ਰੱਖਣਾ ਹੈ ਇੱਕ ਹੀ ਦਮ ਹੋਪਰ ਨੇ ਕੰਟਰੋਲ ਨਹੀਂ ਹੋਣਾ ਕਈ ਕੀ ਕਰਦੇ ਨੇ ਇੱਕ ਵਾਰੀ ਸਪਰੇਅ ਕਰ ਉਹ ਸਪਰੇਅ ਕਰਦੇ ਨੇ ਕੀ ਹੌਪਰ ਖਤਮ ਨਹੀਂ ਹੋਇਆ ਹੌਲੀ ਹੌਲੀ ਇਹ ਚੀਜ਼ਾਂ ਜਿਹੜੀਆਂ ਕੰਮ ਕਰਦੀਆਂ ਨੇ ਸੋ ਇਹੀ ਕੁਝ ਗੱਲਾਂ ਸੀ ਇਸ ਵੀਡੀਓ ਦੇ ਵਿੱਚ ਚੰਗੀ ਲੱਗੇ ਹੋਰ ਵੀ ਕਿਸਾਨਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਜਾਇਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ